ਇਸ ਤੋਂ ਦੁੱਖ ਦਾ ਹੀ ਪਾਪ ਕਰੂ ਨਹੀਂ, ਹੈ ਨਾ, ਇਸ ਤੋਂ ਭਾਵ ਦੁਸ਼ਕਰਮਾਂ ਕਰਦਾ ਨਹੀਂ ਭਨੇਰ ਭਨੇ ਪਿਸਾਦਲੇ ਭਨੇ ਤੇ ਪਿਸਾ ਚਿਨੀਲਾਈ ਭਨੇ ਬਾਤ ਮਾਰਸਨ ਦੇ ਜਾਣੇ ਨਿੰਦੀ ਤੇ ਪਿਸਾਦ ਯੋਨੀਮਾ ਯੋਨੀਲਾਈ ਮਹਾ ਨਰਕ ਨਰਕ ਠਾਨੁ ਪਰਦਛ ਕਿ ਪਿਸਾ ਯੋਨੀ ਨਰਕ ਭਨਦਾ ਠੁਲੋ ਹੋ। ਇਸ ਕਾਰਨ ਜਸਲੇ ਜਸਰੀ ਹੁੰਛ ਪ੍ਰਯਤਨਪੂਰਵਕ ਪਾਪ ਚਾਹੀਂ ਪਾਪ ਚਾਹੀਂ ਨਗਰਨੁ, ਤੇਸੋ ਹੁੰਦਾਖੇਰਿ ਪਾਪ ਕਹਿਲੇ ਪਨਿ ਗਰਨੁ ਹੁੰਦੈਨ, ਪਿਸਾਚ ਹੋਇਛ ਭਨੇਰ ਬਤਾਉਛਨ। ਯਸਤੋ ਚਿੰਤਾ ਗਰਦੈ ਤੀ ਦੁਈ ਜਨਾ ਪਿਸਾਚ ਰ ਪਿਸਾਚਿਨੀ ਗੰਧਰਵ ਗੰਧਰਵੀ ਭਨੁ ਨ ਪਹਿਲਿਕਾ ਥੀ, ਅਤਿਅੰਤ ਦੁਃਖੀ ਭਾਏਰ ਭਾਸੇ। ਇਸੇ ਬੀਜ ਭਾਗਿਆਵਸ਼ ਤੋ ਦੁਈਜਨਾ ਦੰਪਤੀਲਾਈ ਮਾਘ ਸ਼ੁਕਲ ਪਕ੍ਸ਼ਕੋ ਏਕਾਦਸ਼ੀ ਪ੍ਰਾਪਤ ਭਾਈਛਨ। ਤੇਸੋ ਗਰਦੈ ਗਰਦੈ ਦੁਕਾਨ ਮਹੀਨੇ ਨਾ ਮੇਰੇ ਜਨ ਆਜੋ ਏਕਾਦਸ਼ੀ ਉਹ ਦਿਨ ਪਰੇਕੋ ਰਛ। ਤੀ ਦੁਈਜਨਾਲਾਈ ਅਬ ਕੇ ਗਰਛਨ ਤੋ ਭਗਵਾਨਕੋ ਇੱਛਾ ਜੁਨ ਦਿਨ ਤਿਥੀਹਰੂਮਾ ਉੱਤਮ ਰ ਪ੍ਰਸਿੱਧ ਪ੍ਰਸਿੱਧ ਜਯਾ ਨਾਮਕੀ ਏਕਾਦਸ਼ੀ ਪਰਦਛਿਨ ਪਦ ਕਿਸ ਦਿਨ ਤਿਨੀਹਰੂਲੇ ਨਿਰਾਹਾਰ ਕੇਹੀ ਭੇਟਾਨਨ ਖਾਨ ਤੋ ਦਾਨ ਰ ਏਕਾਦਸ਼ੀ ਲਿਏ ਤਾਂ ਹੋਇਨ ਤਰ ਕੇਹੀ ਪਨਿ ਭੇਟਾਨਨ ਦਸੈ ਅਬ ਦਾੜੋ ਭਾਈਰਛ ਤੇਸੋ ਗਰਛ ਨਿਰਾਹਾਰ ਕੇਹੀ ਨਾ ਖਾਇਕਨ ਬਸੇ। ਹੇ ਰਾਜਨ ਭੋਗ ਪਿਆਸਲੇ ਪੀੜਿਤ ਭਏਰ ਤੀ ਦੁਵੈ ਜੀਵ ਘਾਤਕ ਕੁਰੋ ਤੋ ਪਰੇ ਜਾਵਸ ਪੱਤ੍ਰ ਫਲ ਜਲ ਸਮ ਪਨਿ ਕੇਹੀ ਖਾਏਨਨ। ਅਥੋ ਮਾਸੁ ਮਾਂਸ ਜੀਵਹਿਰੂ ਮਾਰ ਖਾਂਦੇ ਸਨੇ ਤਾਂ ਤੇ ਜਿੰਦਗੀ ਫਲ ਫੁਲ ਪਾਪਹਿਰੂਸਮ ਪਨਿ ਕੇਹੀ ਭੇਟਾਨ ਕੇਹੀ ਪਨਿ ਭਾਇਨ ਦੇ ਦਿਨ। ਹੇ ਰਾਜਨ ਤੀ ਦੁਈ ਦੰਪਤੀ ਦੁਖੀ ਤ ਭਏਰ ਏਵਟਾ ਪੀਪਲਕੋ ਵਿਖ ਵਿਖਕੋ ਤਲ ਬਸਿਰਹੇਕਾ ਥਿਏ। ਸੂਰਯ ਅਸਤ ਭਾਏ ਦਿਨਭਰਿ ਕੇਹੀ ਖਾਨਾ ਪਨਿ ਭਾਏਨ, ਪੀਪਲ ਪਨਿ ਥੀ ਬਸੇ ਗੰਗਰੰਗ ਬਸੇ ਕੇਹੀ ਖਾਨਾ ਪਨਿ ਭਾਏਨ। ਮਹਾ ਸੀਤ ਸੀਤਕਾਰੀ ਰਾਤ੍ਰਿ ਪ੍ਰਾਪਤ ਭਾਏ ਪਛੀ ਤੀ ਦੁਵੈਲੇ ਦੁਵੈ ਜਨਾ ਪਿਸਾਚ ਰ ਪਿਸਾਚਿਨੀ ਹਿਉਂਕੋ ਅਤਿਅੰਤ ਚਿਸੋ ਕਾਂਪਨ ਲਾਗੇਰ ਕਸ਼ਤ ਹਵਾ ਚਲੇ ਹੋ ਜਗ ਹੁੰਦਾ ਭਾਏ ਇਕਦਮ ਰੂਹ ਜਸਤਾ ਭਾਏ ਚਿਸ਼ਾਲੇ ਨੀ ਇਕਦਮ ਹਿਉਂ ਪਰ ਤੇਸਤੋ ਭਾਏ ਰਾਤ ਭਰਿ ਪਰਸਪਰ ਆਲਿੰਗਨ ਗਰੇਰ ਬਸਿਰਹੇ ਪਰੰਤੁ ਨਿਦ੍ਰਾ ਭਾਏਨ ਰ ਤੀ ਦੁਵੈਕੋ ਮਨਮਾ ਰਾਤ੍ਰਿਕੋ ਰਾਤ੍ਰਿਕੋ ਇੱਛਾ ਪਨਿ ਜਾਗੇਨ ਥਾਲੇਨ ਅਰੂ ਕੇਹੀ ਸੁਖ ਪਨਿ ਜਾਂਦਾ ਭਾਏਨ ਕੇਹੀ ਭਾਏਨ ਤਿਨਾਰੂ ਤੋ ਜਾਰੇ ਮਧ੍ਯਮ ਕਸੈ ਕੇ ਕਾਮਦੇਵਕੋ ਤਾਂ ਪਰੇ ਜਾਓਸ ਕੇਹੀ ਖਾਨੇ ਕੁਰ ਛੈਨ ਅਬ ਤੇ ਚੇਸ਼ਟਾ ਭਾਏ ਲੜੇ। ਹੇ ਰਾਜ ਸ੍ਰੇਸ਼ਠ ਯਸਤਾ ਪ੍ਰਕਾਰਕੋ ਇੰਦ੍ਰਕੋ ਸ੍ਰਾਪਨ ਅਤਿਅੰਤ ਪੀੜਿਤ ਭਾਏਕਾ ਦੁਃਖਮਾ ਪ੍ਰਾਪਤ ਭਾਏਕਾ ਤੀ ਦੁਵੈ ਦੁਵੈਲੇ ਯਸਤਾ ਪ੍ਰਕਾਰਕੋ ਤਿਉ ਰਾਤ੍ਰਿ ਬਿਤਾਏ ਪਰੰਤੁ ਜਯਾ ਏਕਾਦਸ਼ੀਕੋ ਵ੍ਰਤ ਰ ਰਾਤ੍ਰਿਮਾ ਜਾਗਰਣ ਕਰੇ ਹੁਣੇ ਤੀ ਦੁਈਲਾਈ ਤਸ ਵ੍ਰਤਕੋ ਪ੍ਰਭਾਵਲੇ ਜੋ ਫਲ ਮਿਲੋ ਤੋ ਸੁਣ ਅਬ ਸੁਣ ਭੈਨੀ ਤੋ ਨਜਾਣਿਕਨ ਕਰੇ ਆਜ ਏਕਾਦਸ਼ੀ ਲਿਛੁ ਇਸੋ ਉਸੋ ਗਰਛੁ ਭਾਈ ਜਨ ਪ੍ਰਸਤ ਹੁਣੇ ਥੋ ਨਜਾਣਿਕਨ ਦੈਵਾਲੇ ਤਸਰੀ ਜੁਟਾਈਦਿਨ ਹੋ। ਹੇ ਰਾਜਨ ਜਯਾ ਏਕਾਦਸ਼ੀ ਵ੍ਰਤ ਰ ਸ਼੍ਰੀ ਵਿਸ਼ਨੁ ਭਗਵਾਨਕੋ ਪ੍ਰਭਾਵ ਦੁਆਰਾ ਏਕਾਦਸ਼ੀਕੋ ਦਿਨ ਦੁਵੈਕੋ ਪਿਸਾਚ ਯੋਨੀ ਛੁਟੋ ਭਾਇ ਅਨਿ ਪੁਸ਼ਪਵਤੀ ਰ ਮਾਲ੍ਯਵਾਨ ਨਾਨਾ
अलङ्कारले अलङ्कृत भएर स्नेहले युक्त भई पहिलोकै सुन्दर रूपमा प्राप्त भएर अब ती दुवै विमानमा चढेर तुम्बुरु आदि प्रधान गन्धर्वहरूले सेवित भएको स्तुति गरेर अप्सराहरूले सेवा गरे। अब आयो विमान अनि त्यहाँबाट राम्रो राम्रो लुगा लगाएर पहिलेको जस्तो भएर अनि त्यहाँबाट हिँडे स्वर्ग जान। हावभावयुक्त भएको स्वर्ग लोकमा गए। देवराज इन्द्रले सम्मुख गएर प्रसन्नतापूर्वक प्रणाम गरे। माथि इन्द्रलाई पहिले सराप दिने थिए, उहाँलाई गएर नमस्कार गरे। नमस्कार गरे ती दुवैलाई पूर्वकै सदेश भएको देखेर इन्द्रले आश्चर्यपूर्वक भन्न लागे, के भयो तिमीहरूलाई? मैले त त्यत्रो सराप दिएको थिएँ, यस्ता भएर आयो त हँ तिमीहरू के गरे? सोध्न थाले फेरि इन्द्रले, कुन पुण्यले यहाँ तिमीहरूको पिसाच योनि छुट्यो? लु भन त मलाई सुना। मेरो श्रापका वशमा प्राप्त भएका तिमीहरूलाई कुन देवताले मुक्त गरे? भनी माल्यवान भन्दछन्, हाम्रो श्राप मोचन वासुदेव भगवान्ले गर्नुभयो, अर्काले गर्दैन, भगवान्देखि बाहिरले यस्तो गर्दैन। जया एकादशीको व्रत हामीले झुक्किएर गरिएछ, त्यस हुँदाखेरि पनि भगवान्ले गर्नुभएको। हे स्वामी, म सत्य भन्छु कि उनैको भक्तिको प्रभावले पिसाचहरू नै छुटेको हो। माल्यवानको यसले यस्तो वचन सुनेर फेरि इन्द्रले भन्नुभयो, विष्णुको भक्ति परायण हरिभाषा र एकादशीको व्रत गर्नाले तिमीहरू पवित्र आत्माको भयो, त्यस कारण मेरा पनि पूज्य भयो। मैले पनि तिमीहरूको पूजा गर्नु र विष्णु भगवान्को तिमीहरूले पूजा गरेको हुँदा, विष्णु भगवान्को चाहिँ स्तुति गरेको हुँदा तिमीहरू पनि यता भएर आयो, मैले पनि मान्ने भएर आएको छ तिमीहरू भन्छन् धेरै कुरा। किनकि जो मनुष्यहरू विष्णुको भक्तिमा आसक्त छन् तिनीहरू निसन्देह मेरा पनि पूज्य हुन्। जसले विष्णु भगवान्को पूजा सेवा गर्दछ ती चाहिँ मैले पनि मान्नुपर्छ र मुख्य चाहिँ भगवान्ले मात्रै दिनुहुन्छ। फेरि पुष्पवती र सुखपूर्वक स्वर्ग लोकमा विहार गरेर रहन लागे। त्यसै कारण हरिवास एकादशी व्रत अवश्य गर्नुपर्दछ मनुष्यले। हे राजन, जया एकादशीको व्रत ले ब्रह्महत्या पाप, ठुल्ठुला पाप गरिएको छ, केही पाप गरिएको छ भने पनि ती सबै नाश हुन्छन् र हुन सक्छन्। जसले यस व्रतलाई गर्यो उसले सर्वस्व दान गरेको पुण्य हुन्छ, सर्वस्व यज्ञहरू गरेको फल पनि हुन्छ भनेर जान्नुपर्छ। यस व्रतको प्रभावले सम्पूर्ण तीर्थ गङ्गाजी आदि गरेको सबै संसारका तीर्थ गरेको फल पनि हुन्छ। जो मनुष्य श्रद्धा भक्तिपूर्वक यस जया एकादशीको व्रत गर्दछ त्यो अवश्य पनि संसार सय कल्प पर्यन्त वैकुण्ठमा आनन्दपूर्वक रहन्छ। हे राजन, यस महात्मालाई पढ्नाले सुन्नाले मात्र पनि अनिष्ट यज्ञ गरेको फल प्राप्त हुन्छ। श्री कृष्ण गोविन्द हरे मुरारे हे नाथ नारायण नाथ सेवा अनन्त वैकुण्ठ मुकुन्द कृष्ण गोविन्द दामोदर मान।